Like the video, subscribe to the channel and press the bell icon for latest video update. ਕੀ ਦੇਖ ਰਹੇ ਹੋ ਇਹਦਾ ਨਾਮ ਹੈਗਾ ਜੀ ਕਿੰਗ ਚਾਰਲੀ ਇਹ ਭਾਈ ਸਾਹਿਬ ਨਾਲ ਅਸੀਂ ਗੱਲ ਕਰਦੇ ਹਾਂ ਬਹੁਤ ਹੀ ਦਾ ਵੱਡਾ ਸਾਈਜ਼ ਹੈਗਾ ਪੂਰਾ ਤੁਹਾਨੂੰ ਸਾਈਜ਼ ਵੀ ਦਿਖਾਉਨੇ ਆ ਕੀ ਬਾਤ ਹੈ ਬੜਾ ਰੂਹ ਨਾਲ ਇਹਨਾਂ ਨੇ ਪਾਲਿਆ ਹੈਗਾ ਇਹਨੂੰ ਦੇਖਣ ਲਈ ਕਾਫੀ ਜ਼ਿਆਦਾ ਦਰਸ਼ਕ ਵੀ ਆਏ ਹੈਗੇ ਤੁਸੀਂ ਦੇਖੋ ਪੂਰਾ ਇੱਕ ਮੇਲੇ ਵਿੱਚ ਪੂਰਾ ਮੇਲਾ ਲੱਗਾ ਹੈਗਾ ਆਓ ਜੀ ਭਾਈ ਸਾਹਿਬ ਇਹਦੇ ਜਿਹੜੇ ਮਾਲਕ ਹੈਗੇ ਆ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਇਹਦਾ ਨਾਮ ਮੈਨੂੰ ਬਹੁਤ ਪਸੰਦ ਆਇਆ ਕਿੰਗ ਚਾਰਲੀ ਹੈ ਹਾਂਜੀ ਹਾਂਜੀ ਇਹ ਕਿੰਗ ਚਾਰਲੀ ਦਾ ਆਈਡੀਆ ਤੁਹਾਡੇ ਮਨ 'ਚ ਕਿਵੇਂ ਆ ਸਾਡੀ ਮਤਲਬ ਚਾਚੀ ਆ ਮੇਰੀ ਕੈਨੇਡਾ ਦੇ ਵਿੱਚ ਉਹ ਆਏ ਹੋਏ ਸੀ ਜਦੋਂ ਇਹਦਾ ਬਰਥ ਹੋਇਆ ਜੀ ਅੱਛਾ ਖੁਦ ਦਾ ਘਰ ਦਾ ਵਾ ਇਹ ਉਹਨਾਂ ਨੇ ਰੱਖਿਆ ਸੀਗਾ ਇਹਦਾ ਨਾਮ ਜਿਹੜਾ ਕਿੰਗ ਚਾਰਲੀ ਕਿੰਗ ਚਾਰਲੀ ਬਹੁਤ ਵਧੀਆ ਬਹੁਤ ਤੇ ਨਾਮ ਵੀ ਕਿੰਗ ਚਾਰਲੀ ਤੇ ਲੱਗਦਾ ਵੀ ਇਹ ਕੁੱਤਿਆਂ ਦਾ ਤਾਂ ਐਟਲੀਸਟ ਕਿੰਗ ਲੱਗਦਾ ਹੈਗਾ ਮੈਨੂੰ ਹੈ ਐਡਾ ਵੱਡਾ ਮੈਂ ਕੁੱਤਾ ਨਹੀਂ ਕੋਈ ਵੀ ਦੇਖਿਆ ਹੈਗਾ ਹਾਂਜੀ ਹਾਂਜੀ ਇਹਦੀ ਕਿੰਨੀ ਦੇਰ ਦਾ ਹੋ ਗਿਆ ਇਹੋ ਇਹ 3 ਸਾਲ ਦਾ ਹੋ ਗਿਆ ਯਾ 28 ਤਰੀਕ ਨੂੰ ਮਤਲਬ 3 ਸਾਲ ਦਾ ਹੋ ਗਿਆ ਇਹ ਗੱਦੀ ਬਰੀਡ ਹੈ ਮੇਰਾ ਅੱਛਾ ਤੁਹਾਡੇ ਘਰ ਦੇ ਕਿੰਨੇ ਜਾਣੇ ਬੰਦੇ ਰਹਿੰਦੇ ਤੁਸੀਂ ਅਸੀਂ 14 ਮੈਂਬਰ ਆ ਇਹ ਮੈਨੂੰ ਲੱਗਦਾ 14 ਮੈਂਬਰ ਆ ਜਿੰਨਾ ਤਾਂ ਖੱਲਾ ਹੀ ਖਾਣਾ ਇਹੋ ਹੀ ਖਾ ਜਾਂਦਾ ਹੈ ਕੋਈ ਜ਼ਿਆਦਾ ਡਾਈਟ ਨਹੀਂ ਜੀ ਇਹਦੀ ਜ਼ਿਆਦਾ ਡਾਈਟ ਜ਼ਿਆਦਾ ਨਹੀਂ ਜੀ ਅੱਛਾ ਕੀ ਕੀ ਖਿਲਾਉਂਦੇ ਇਹਨੂੰ ਦੱਸੋ ਇਹਨੂੰ ਦੁੱਧ ਦਿੰਨੇ ਆ ਦਹੀਂ ਦਿੰਨੇ ਆ ਜੀ ਸਵੇਰੇ ਜਦੋਂ ਜਾਗਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਖਿਲਾਉਨੇ ਇਹਨੂੰ ਦੁੱਧ ਦਿੰਨੇ ਜੀ ਇਹਨੂੰ ਕਿੰਨਾ ਦੁੱਧ ਦਿੰਦੇ ਆ 1 ਕਿਲੋ ਜੀ 1 ਕਿਲੋ ਦੁੱਧ ਸਵੇਰੇ ਇਹਨੇ ਪੀਣਾ 1 ਕਿਲੋ ਦਹੀਂ ਦਿੰਨੇ ਉਸ ਤੋਂ ਬਾਅਦ ਰੋਟੀ ਆਪ ਸਵੇਰੇ ਕਿੰਨਾ ਦੁੱਧ ਪੀਂਦੇ ਤੁਸੀਂ ਅਸੀਂ ਤਾਂ ਹੀ ਰਾਤ ਨੂੰ ਹੀ ਪੀਨੇ ਆ ਜੀ ਇਹਨੂੰ ਸਾਨੂੰ ਆਪ ਦਾ ਫਿਕਰ ਨਹੀਂ ਸਾਨੂੰ ਇਹਦਾ ਫਿਕਰ ਹੈ ਲਓ ਜੀ 1 ਕਿਲੋ ਦੁੱਧ ਸਵੇਰੇ ਡੌਗੀ ਪੀਏਗਾ ਹਾਂਜੀ ਸਾਨੂੰ ਆਪ ਦਾ ਨਹੀਂ ਫਿਕਰ ਅੱਛਾ ਸਵੇਰੇ 1 ਕਿਲੋ ਦੁੱਧ ਪੀ ਲਿਆ ਫਿਰ ਇਹਨੇ ਕੀ ਖਾਣਾ ਇਹਨੂੰ ਦੁਪਹਿਰ ਟਾਈਮ ਰੋਟੀ ਦਿੰਨੇ ਆ ਜੀ ਦੁਪਹਿਰ ਤਾਂ ਰੋਟੀਆਂ ਕਿੰਨੀਆਂ ਖਾਣੀਆਂ ਨੇ ਇਹ 5 ਰੋਟੀਆਂ ਦਿੰਨੇ ਉਸ ਨੂੰ 5 ਰੋਟੀਆਂ ਕਾਹਦੇ ਨਾਲ ਖਾਣੀਆਂ ਨੇ ਉਹ ਦਾਲ ਵਗੈਰਾ ਮਿਕਸ ਕਰਕੇ ਦੇ ਦੇ ਅੱਛਾ ਦਾਲ ਸਬਜ਼ੀ ਵਗੈਰਾ ਹਾਂਜੀ ਹਾਂਜੀ ਅੱਛਾ ਫਿਰ ਇਹ ਤੋਂ ਬਾਅਦ ਜੇ ਕੀ ਖਾਣਾ ਪੀਣਾ ਫਿਰ ਰਾਤ ਨੂੰ ਦੁੱਧ ਨਹੀਂ ਰਾਤ ਨੂੰ ਫਿਰ ਦੁੱਧ ਹਾਂਜੀ ਕੋਈ ਨਾਨ ਵੈਜ ਨਹੀਂ ਖਾਂਦਾ ਨਹੀਂ ਨਾਨ ਵੈਜ ਨਹੀਂ ਅੱਛਾ ਤੁਹਾਡੀ ਜੀ ਬਿਲਕੁਲ ਵੈਜ ਹੈ ਅੱਛਾ ਪਿਓਰ ਵੈਜ ਹੈ ਪਿਓਰ ਵੈਜ ਹੈ ਜੀ ਵੈਰੀ ਗੁੱਡ ਸਾਡਾ ਪਰਿਵਾਰ ਵੀ ਵੈਜ ਹੈ ਜੀ ਇਹ ਵੀ ਵੈਜ ਹੈ ਜੀ ਵਾਹ 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 ਕੀ ਬਾਤ ਹੈ ਬਹੁਤ ਵਧੀਆ ਤੇ ਇਹ ਫਿਰ ਬੜੀ ਸਮਝ ਵਾਲੇ ਕੁੱਤੇ ਹੁੰਦੇ ਹੈਗੇ ਹਾਂਜੀ ਹਾਂਜੀ ਸਾਰਿਆਂ ਨਾਲ ਪਿਆਰ ਚੰਗਾ ਕਰਦਾ ਫੈਮਿਲੀ ਵਾਲੇ ਮੈਂ ਜਿੱਦਾਂ ਸਾਡੇ ਮੈਂਬਰ ਉਦਾਂ ਹੀ ਰਹਿੰਦਾ ਕੋਈ ਸਾਨੂੰ ਮਤਲਬ ਇਹ ਚ ਹੈ ਨਹੀਂਗਾ ਤੁਹਾਡੇ ਘਰ ਕੋਈ ਮਹਿਮਾਨ ਵੀ ਆ ਜਾਂਦੇ ਕਿ ਨਹੀਂ ਡਰਦੇ ਮਾਰੇ ਪਤਾ ਲੱਗਾ ਡਰਦੇ ਤਾਂ ਹੈਗੇ ਹੀ ਲੋਕ ਤਾਂ ਬਹੁਤ ਡਰਦੇ ਅੰਦਰ ਨਹੀਂ ਆਉਂਦੇਗੇ ਪਰ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਆਉਂਦੀ ਅੱਛਾ ਅੱਛਾ ਚਲੋ ਬਹੁਤ ਸੋਹਣਾ ਉਦਾਂ ਕੰਮ ਕਰ ਕੀ ਕਰਦੇ ਤੁਸੀਂ ਮੈਂ ਡਾਕਟਰ ਆ ਜੀ ਵੈਟਰਨਰੀ ਪ੍ਰੈਕਟਿਸ ਕਰਦਾ ਹਾਂ ਉਹ ਵੈਰੀ ਗੁੱਡ ਕਿੱਥੇ ਪ੍ਰਾਈਵੇਟ ਕਿ ਜਾਂ ਪ੍ਰਾਈਵੇਟ ਹੀ ਕਰਦਾ ਜੀ ਹਾਂ ਕਿੱਥੋਂ ਪੜਾਈ ਕੀਤੀ ਫਾਰਮ ਹੈ ਸਾਡਾ ਹੈ ਫਾਰਮ ਵੀ ਹੈ ਖੁਦ ਦਾ ਪਸ਼ੂਆਂ ਦਾ ਅੱਛਾ ਕਿਹੜੀ ਜਗ੍ਹਾ ਕੁਕਰੀ ਫੂਲਾ ਸਿੰਘ ਹੈ ਜੀ ਸਾਡਾ ਜ਼ਿਲ੍ਹਾ ਕਿਹੜਾ ਹੈ ਮੋਗਾ ਜੀ ਮੋਗਾ ਵੈਰੀ ਗੁੱਡ ਵੈਰੀ ਗੁੱਡ ਅੱਛਾ ਚਲੋ ਹੋਰ ਇਦਾਂ ਦੇ ਜਿਹੜੇ ਨੌਜਵਾਨ ਆ ਜਿਹਨਾਂ ਕੋਈ ਸ਼ੌਕ ਨਾ ਇਦਾਂ ਕੋਈ ਕੁੱਤੇ ਜਾਂ ਹੋਰ ਰੱਖਣੇ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਵਧੀਆ ਡੌਗ ਹੈ ਜੀ ਮੈਂ ਤਾਂ ਕਹੂੰਗਾ ਰੱਖਣੇ ਚਾਹੀਦੇ ਇਹ ਆਪਣੇ ਗਾਰਡ ਡੌਗ ਹੈ ਜੀ ਕੋਈ ਇਹਨਾਂ ਦਾ ਮਤਲਬ ਖਤਰਾ ਨਹੀਂਗਾ ਘਰੇ ਹਾਂਜੀ ਹਾਂਜੀ ਅੱਜ ਕੱਲ ਉਹ ਪਿੱਟਬੁੱਲ ਰੱਖਦੇ ਜੀ ਉਹ ਫੜ ਲੈਂਦੇ ਜੀ ਆਮ ਬੰਦਿਆਂ ਨੂੰ ਪਸ਼ੂਆਂ ਨੂੰ ਫੜੀ ਜਾਂਦੇ ਇਦਾਂ ਦੀ ਕੋਈ ਇਹਨਾਂ ਦੀ ਪ੍ਰੋਬਲਮ ਹੀ ਨਹੀਂ ਸਾਨੂੰ ਅੱਛਾ ਅੱਛਾ ਹਾਂਜੀ ਸਾਡੇ ਕੋਲ 40 ਪਸ਼ੂਆਂ ਕੋਈ ਨਹੀਂ ਅੱਛਾ ਨਾਲ 40 ਪਸ਼ੂਆਂ ਦੀ ਵੀ ਸਿਕਿਉਰਿਟੀ ਕਰਦਾ ਹੈ ਹਾਂ ਪੂਰੀ ਜੀ ਅੱਛਾ ਚਲੋ ਵਧੀਆ ਤੇ ਹੋਰ ਇਹਦੇ ਜਿਹੜਾ ਹੈਗਾ ਇੱਕ ਦੋ ਕੋਈ ਹੋਰ ਇਹਦੀਆਂ ਖਾਸੀਅਤ ਜੇ ਕੋਈ ਰਹਿ ਗਈਆਂ ਤਾਂ ਦੱਸ ਦਿਓ ਤੁਹਾਡੇ ਦਰਸ਼ਕਾਂ ਨੂੰ ਖਾਸੀਅਤ ਤਾਂ ਹੀ ਆ ਤੁਹਾਡੇ ਸਾਹਮਣੇ ਹੈ ਸਾਰੇ ਹੀ ਦੇਖਦੇ ਪਏ ਉਦਾਂ ਵਧੀਆ ਵਾ ਡੌਗ ਜੀ ਅੱਛਾ ਚਲੋ ਵਧੀਆ ਇਹ ਖੁੱਦਾ ਹੀ ਮੈਂ ਘਰ ਦਾ ਹੀ ਪੜ ਇਹਦੀ ਮਾਂ ਵੀ ਸਾਡੇ ਕੋਲੇ ਅੱਛਾ ਇਹਦੀ ਮਾਂ ਮਦਰ ਵੀ ਹੈਗੀ ਮਦਰ ਵੀ ਸਾਡੇ ਕੋਲ ਆ ਉਹ ਨੈਕਸਟ ਮੰਡ ਵੈਰੀ ਗੁੱਡ ਉਹਦਾ ਮਦਰ ਦਾ ਨਾਂ ਕੀ ਇਹਦੀ ਦਾ ਉਹਦਾ ਹੈਗਾ ਬਈ ਕਾਲੀ ਆ ਉਹਦਾ ਨਾਂ ਹੈ ਕਾਲੀ ਨਹੀਂ ਯਾਰ ਗੋਰੀ ਰੱਖਣਾ ਸੀ ਤੂੰ ਹੈ ਅੱਛਾ ਚਲੋ ਆਲ ਰਾਈਟ ਬਹੁਤ ਵਧੀਆ ਤਾੜੀਆਂ ਮਾਰ ਦਿਓ ਬਈ ਸਾਰੇ ਜਾਣੇ ਬਹੁਤ ਵਧੀਆ ਇਹਦੇ ਲਈ